लो जनाब बड़ी मशहूर गल हैगी है कि हर बंदा जिहड़ा इत्थे मंडी दे विच फिरदा उह आपदे कोले इक खोते दे नाल इक डंडा जरूर लै के खड़ा इधर वेखो इह वेखो इहदे कम्म वेख इधर वेख वेख सुल्तान ही चढ़दा पे उत्ते लै लो जी हुण इहने हुण टोर टोर इहनूं इवें पी ओ ऐ ऐ बाबे दे डांग कट मारी उन्हें बाबे दे डांग कट मारी हुण किधरे ते गुस्सा निकलना ही सी खोते दी बदुआ भी लग जांदी है ते खोते दी बदुआ ते ज्यादा लगती है क्योंकि इन्हें एंड च हिसाब लेना है डांगा दा एक हाथ च खोता है ते एक हाथ च विच डांग जरूर ये की वजह है भाई मौलवी ये की वजह है ये तू दस सकना भाई इधर तू डांग हाथ च लई फिरना ऐहू कर जनाब खोते नु नहीं मारना चाहिदा जी किनू इधर आ यार इधर आ यार इधर आ दो मिनट खलो भी जाएगा टुटदा मैं तेन वेख्या सारा दिन हो गया तेन टुटदे नु किन्ने पैसे पंजी हजार रुपया किन्दा खोते दा पंजी हजार ठीक है ते केड़ी जगह तो आए फैसलाबाद तो हां जी ते खोते इक्को ही लेंदे कि होर भी इक्को ही नंबर दस हां जी नंबर दस नंबर गल ही खांडे देना हां जी यार जे तू तेरा बिकेगा ते तेन पता लग जाएगा 0304 उधर करके 6615256 नाम की तेरा आतिफ आतिफ ਕਿੱਧਰ ਨੂੰ ਚੱਲਿਆ ਤੇ ਪੈਸੇ ਵੈਸੇ ਚੱਲਿਆ ਤੇ ਤੇ ਕੋਈ ਰੇਟ ਸ਼ੇਟ ਲੱਗਿਆ ਕੋਈ ਨਹੀਂ ਇਹਦਾ ਲੱਗੇ ਕਿੰਨੇ ਲੱਗੇ ਇਹਦਾ 17-18 ਹਜ਼ਾਰ ਰੁਪਇਆ ਲੱਗਾ ਤੂੰ ਕਿੰਨੇ ਮੰਗਣਾ 25 ਹਜ਼ਾਰ ਤੇ ਵੇਚਦੇ 17-18 ਚ ਕਿਹੜੀ ਗੱਲ ਹੈ ਨਹੀਂ 20 ਦਾ ਵੇਚਣਾ ਹੈ ਨਾ 20 ਦਾ ਵੇਚਣਾ ਜੀ ਲਓ ਜਨਾਬ 20 ਦੇ ਨੇ ਵੇਚਣਾ ਜੀ ਰੇਟ ਦੱਸ ਦਿੱਤਾ ਜੀ ਤੇ ਆ ਵੇਖੋ ਮੇਰੇ ਦੋਸਤ ਕਿੰਨੇ ਜਿਹੜੇ ਹੈਗੇ ਨੇ ਇਹ ਸਾਰੇ ਖਲੋਤੇ ਨੇ ਇਹ ਵੇਖੋ ਮਗਰ ਇਹ ਨੁਮਾਇਆ ਚੀਜ਼ ਹੈਗੀ ਕਿ ਹਰ ਦੇ ਹੱਥ 'ਚ ਟੰਬਾ ਜ਼ਰੂਰ ਹੈਗਾ ਟੰਬਾ ਸਿਰਫ ਬੰਦਿਆਂ ਵਾਸਤੇ ਨਹੀਂ ਖੋਤੇ ਕੁੱਟਣ ਵਾਸਤੇ ਇਹ ਵੇਖੋ ਸਾਰੇ ਦੇ ਲਓ ਜਨਾਬ ਮਾਸ਼ਾਅੱਲਾ ਅੱਗੇ ਵਧਦੇ ਨੇ ਜੀ ਹੋਰ ਤੁਹਾਨੂੰ ਖੋਤਿਆਂ ਦੇ ਰੇਟ ਦੱਸਣੇ ਜੀ ਇੱਕ ਗੱਲ ਮੇਰੇ ਨਾਲ ਕਰੀ ਤੂੰ ਗੱਲ ਕਰਾਂ 17.5 ਮਿਲ ਜਾ ਪਿਆ 18 ਹਜ਼ਾਰ ਦੇ ਮੇਰੇ ਨਾਲ ਇੱਕੋ ਗੱਲ ਕਰੀ ਕੋਈ 18 ਹਜ਼ਾਰ ਤੋਂ ਘੱਟ ਨਹੀਂ ਮੈਂ 18 ਹਜ਼ਾਰ ਦਾ ਨਹੀਂ ਲੈਣਾ ਤੇ ਨਾ ਮੈਂ ਤੈਨੂੰ 18 ਹਜ਼ਾਰ ਦੇਣਾ ਜੀ ਤੂੰ ਇੱਕੋ ਮੇਰੇ ਨਾਲ ਗੱਲ ਕਰ ਤੇ ਮੈਂ ਤੈਨੂੰ ਉਹਨੇ ਚੁੱਪ ਕਰਕੇ ਪੈਸੇ ਦੇ ਦੇਣਾ ਇੱਟ ਘੱਟ ਨਹੀਂ ਕਿੰਨੇ ਪੈਸੇ ਇੱਕੋ ਗੱਲ ਕਰ ਮੈਨੂੰ ਕੋਈ ਗੱਲ ਕੀਤੀ ਪਠਾਣਾ ਵਾਲੀ ਗੱਲ ਮੈਂ ਪਠਾਣਾ ਵਾਲੀ ਨਹੀਂ ਕੀਤੀ ਹੋਰ ਲੈ ਆ ਨੇ ਦਾ ਤੈਨੂੰ ਦੱਸਿਆ ਹੀ ਉਹਨੇ ਦਾ ਤੇ ਕਿੰਨੇ ਦਾ ਦੇਣਾ ਹੀ ਹੁਣ ਇਹਨੇ ਕਿੰਨੇ ਦਾ ਤੈਨੂੰ ਆਵਾਜ਼ ਦਿੱਤੀ ਹੈ ਆਵਾਜ਼ ਦਿੱਤੀ ਯਾਰ ਖੋਤਾ ਦਵਾ ਮੈਂ ਕਿੰਨੇ ਪੈਸੇ ਲੈਣੇ ਗੱਲ ਕਰ ਹਾਂ ਦੱਸ ਗੰਦਰੇ ਮਾਰੇ ਤੈਨੂੰ ਹੁੰਦੇ ਹੁੰਦੇ ਗੱਲ ਕਰ ਕਿਹੜੀ ਜਗ੍ਹਾ ਤੋਂ ਜੜਾਣੇ ਰੋਡ ਸ਼ਨਾਤੀ ਕਾੜੇ ਗਈ ਸ਼ਨਾਤੀ ਕਾੜੇ ਤੈਨੂੰ ਵਾਹ ਇਹ ਵੀ ਟੰਡੇਰੂ ਮੇਰਾ ਭਰਾ ਇੱਥੇ ਵੱਡਾ ਮੈਂ ਤੈਨੂੰ ਚਨਾਹੀ ਕਰ ਦੂੰ ਭਰਾ ਤੇਰਾ ਕੋਈ ਮੈਨੂੰ ਵੀ ਰੁਕ ਲਵੇ ਨਾ ਭਰਾ ਨੂੰ ਨਾ ਆਵਾਜ਼ ਮਾਰੇ ਭਾਈ ਮੈਂ ਖੋਤਾ ਹੀ ਨਹੀਂ ਲੈਂਦਾ ਭਾਈ ਤੇਰੇ ਤੋਂ ਭਰਾ ਨੂੰ ਆਵਾਜ਼ ਮਾਰੇਗਾ ਲਓ ਜਨਾਬ ਅੱਗੇ ਵਧੋ ਆ ਵੇਖੋ ਭਾਜੀ ਚੱਲੇ ਜੀ ਇਹ ਭਾਜੀ ਡਾਂਗ ਕਿੰਨੇ ਕਿੰਨੇ ਦੀ ਜਨਾਬ ਮੌਲ ਚਾਲ ਤਕਰੀ ਹੈ 50 ਰੁਪਏ ਡਾਂਗ ਭਾਰ ਮਾਸ਼ਾ ਅੱਲਾ ਇਹ ਮੈਂ ਕਿ 500 ਰੁਪਏ ਦਾ ਡੰਗਰ ਦਾ ਲੈਣ ਦੇ ਉੱਥੇ ਤੁਸੀਂ ਕੈਮਰਾ ਮਾਰ ਕੇ ਇਮਰਾਨ ਖਾਨ ਕਿਉਂ ਨਹੀਂ ਦੱਸਦੇ ਹੋ ਅਸੀਂ ਕੈਮਰਾ ਮਾਰੇ ਤਾਂ ਸਾਨੂੰ ਹੀ ਉਹਨਾਂ ਨੇ ਵੜਨ ਦੇਣਾ ਸਾਨੂੰ ਕਿਉਂ ਨਹੀਂ ਵੜਨ ਦੇਣਾ ਯਾਰ ਇਮਰਾਨ ਖਾਨ ਦੀ ਹਕੂਮਤ ਦੇ ਵਿੱਚ ਅਸੀਂ ਤਾਂ ਮਰੀ ਗਏ ਆਏ ਸੁਣ 50 ਰੁਪਏ ਅੱਲਾ ਦੇ ਬੰਦੇ ਲਾਈ ਖੜੇ ਡੰਗਰ ਦਾ ਇੱਕ ਮਿੰਟ ਠਹਿਰ ਜਾ 500 ਰੁਪਏ ਡੰਗਰ ਦਾ ਲਾਈ ਖੜੇ 500 ਰੁਪਏ ਡੰਗਰ ਦਾ ਲਾਈ ਖੜੇ ਮੰਡੀ 'ਚ ਗਰੀਬ ਬੰਦੇ ਅਸੀਂ ਕੀ ਕਰੀਏ ਮਰ ਗਏ ਥਾਂ ਬੇੜੀਆਂ 'ਚ ਵੱਟੇ ਪੈ ਹੁਣ ਤੁਸੀਂ ਦੱਸੋ ਇਮਰਾਨ ਖਾਨ ਕੀ ਕਰੇ ਇਮਰਾਨ ਖਾਨ ਕੰਟਰੋਲ ਕਰੇ ਕੰਟਰੋਲ ਕਰੇ ਮੰਡੀਆਂ ਖਤਮ ਕਰੇ ਮੰਡੀਆਂ ਖਤਮ ਨਾ ਕਰੇ ਟੈਕਸ ਖਤਮ ਕਰੇ ਨਵਾਜ਼ ਸ਼ਰੀਫ ਦੇ ਦੌਰ ਦੇ ਵਿੱਚ ਇੱਕ ਰੁਪਿਆ ਨਹੀਂ ਖਰਚਾ ਫ੍ਰੀ ਆਂਦੇ ਜਾਂਦੇ ਸੀ ਉਹਨਾਂ ਨੂੰ ਟੈਕਸ ਲਾਤੇ ਟੈਕਸ ਲਾਤੇ 500 ਰੁਪਏ ਫੀ ਡੰਗਰ ਲੈਣ ਦੇ ਉਹ ਕਹਿੰਦਾ ਪਾਕਿਸਤਾਨ ਦਾ ਕਰਜ਼ਾ ਆਵਾਮ ਨੇ ਲਾਣਾ ਆਵਾਮ ਨੇ ਲਾਣਾ ਤੇ ਫਿਰ ਆਵਾਮ ਤਾਂ ਵੜ ਗਈ ਪਾਂਡੇ 'ਚ ਜਿੱਥੇ ਕਿ ਆਵਾਮ ਵੜ ਗਈ ਪਾਂਡੇ 'ਚ ਜਿੱਥੋਂ ਨਿਕਲੀ ਸੀ ਬਾਤ ਲਓ ਜਨਾਬ ਅੱਗੇ ਚਲੋ ਅੱਗੇ ਤੁਹਾਨੂੰ ਅਸੀਂ ਖੋਤਿਆਂ ਦੀ ਵੀਡੀਓ ਵਿਖਾਉਂਦੇ ਆ ਸਿਆਸਤ ਦੇ ਵਿੱਚ ਸਾਡਾ ਕੋਈ ਕੰਮ ਨਹੀਂ ਇਹ ਸਾਡੀ ਲੜਾਈ ਪਵਾ ਦੇਣਗੇ ਇਹਦਾ 25,000 ਰੁਪਇਆ 25,000 ਇੱਧਰ ਆ ਜਾ ਲਓ ਜਨਾਬ ਵੱਡੇ ਵੱਡੇ ਖੋਤੇ ਅਸੀਂ ਤੁਹਾਨੂੰ ਵਿਖਾਉਣੇ ਆ ਅਸੀਂ 25,000 ਦੇ ਰਹੇ ਹਾਂ ਇਹਦੇ ਕਿੰਨੇ ਪੈਸੇ 1,00,000 ਇੱਕੋ ਗੱਲ ਕਰਨੀ ਪੈਂਦੀ ਕਿੰਨੇ ਪੈਸੇ 1,00,000 ਨਹੀਂ ਯਾਰ ਫੇਰ ਤੋਂ ਯਾਰ ਮਾਰੇ
माशाल्लाह तुसी इत्थे आओ ते तुसी इत्थे आ सकदे जे ते फिर तुसी पानी भी इत्थों पी सकदे जे। पानी किन्ने दा भाई? 5 रुपए दा। क्या दे लाओ जनाब, वीडियो अच्छी लगी तो लाइक शेयर जरूर कीजिएगा ते इंशाल्लाह साडे चैनल नूं जनाब सबसक्राइब करो ते मंडी दे विच तुसी आवो। ओ जा ज़ालमा कख वेख किन्ने विच ਬੰਦਿਆਂ ਨੂੰ ਪਾਣੀ ਪਿਆ, ਖੋਤਿਆਂ ਨੂੰ ਪਾਣੀ ਪਿਆਉਣ ਵਾਲਾ ਮੈਨੂੰ ਪਿਆਈ ਜਾਂਦਾ। ਆਇਆ ਵੇ ਕੱਖ ਵੇ ਕਿੰਨੇ ਵਿੱਚ ਜਾ ਦਿਆਲਾ ਐਂਦੇ ਉੱਤੇ ਕੱਪੜਾ ਦੇ ਸਿਰ ਤੇ ਬਾਲ ਦੇ। ਲਓ ਜਨਾਬ, ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕੀਜੀਏਗਾ ਤੇ ਲਓ ਜਨਾਬ ਇਜਾਜ਼ਤ ਚਾਹਨਾ ਜਨਾਬ, ਇਨਸ਼ਾਅੱਲਾ ਫਿਰ ਤੁਹਾਨੂੰ ਮੁਲਾਕਾਤ ਹੋਵੇਗੀ ਜਨਾਬ ਕਾਂਦਰਾ ਮੰਡੀ ਦਾ। ਜਨਾਬ ਅਸੀਂ ਵਿਜ਼ਿਟ ਕਰਦੇ ਪਏ ਜੇ, ਅੱਲਾ ਹਾਫਿਜ਼ ਫੀ ਮਾਨੁ।